ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਆਈਵਲ ਟੀਵੀ ਤੇ ਮੈਂ ਸੁਖਦੀਪ ਕੌਰ। ਕਹਿੰਦੇ ਨੇ ਕਲਾ, ਸੰਗੀਤ ਤੇ ਸਾਹਿਤ ਹੱਦਾਂ ਤੇ ਸਰਹੱਦਾਂ ਤੋਂ ਪਰੇ ਹੁੰਦੇ ਨੇ। ਇਸ ਲਈ ਕੁਝ ਵੀ ਚੰਗਾ ਸੁਣਨ ਲਈ ਜਾਂ ਪੜ੍ਹਨ ਲਈ ਮਿਲੇ ਤਾਂ ਉਹ ਜ਼ਰੂਰ ਪੜ੍ਹਨਾ ਚਾਹੀਦਾ ਹੈ। ਅੱਜ ਅਸੀਂ ਅਰਬ ਦੇਸ਼ ਦੀ ਇੱਕ ਕਹਾਣੀ, ਜਿਸ ਨੂੰ ਪੰਜਾਬੀ ਵਿੱਚ ਹਰਦੇਵ ਚੌਹਾਨ ਨੇ ਅਨੁਵਾਦ ਕੀਤਾ ਹੈ, ਤੁਹਾਨੂੰ ਸੁਣਾ ਰਹੇ ਹਾਂ। ਅਰਬ ਦੇਸ਼ ਦਾ ਕਿੱਸਾ ਹੈ। ਸ਼ਹਿਰ ਦੇ ਮਦਰੱਸੇ 'ਚ ਪੜ੍ਹਨ ਆਉਂਦੇ ਸਨ ਬੱਚੇ। ਪੜ੍ਹਾਉਣ ਵਾਲਾ ਉਸਤਾਦ ਬੜਾ ਗੁੱਸੇਖੋਰ ਇਨਸਾਨ ਸੀ। ਉਹ ਜਦੋਂ ਕੁਝ ਬੋਲਦਾ ਸੀ ਤਾਂ ਰੁੱਖਾਂ 'ਤੇ ਬੈਠੇ ਪੰਛੀ ਵੀ ਉਡਾਰੀ ਮਾਰ ਜਾਂਦੇ ਸਨ। ਕੀ ਮਜਾਲ ਕਿ ਕੋਈ ਬੱਚਾ ਆਪਣੇ ਉਸਤਾਦ ਦੀ ਹਾਜ਼ਰੀ ਵਿੱਚ ਚੀ ਪੈ ਕਰ ਜਾਏ। ਕੋਈ ਬੱਚਾ ਉਸਤਾਦ ਦੇ ਸਾਹਮਣੇ ਮਾੜੀ ਹਰਕਤ ਕਰਨ ਦਾ ਹਈਆ ਵੀ ਨਹੀਂ ਸੀ ਕਰਦਾ। ਮਦਰੱਸੇ, ਘਰਾਂ ਅਤੇ ਸ਼ਹਿਰ ਵਿੱਚ ਬੱਚਿਆਂ ਨੂੰ ਲੈ ਕੇ ਮਾਹੌਲ ਬੜਾ ਖੁਸ਼ਗਵਾਰ ਸੀ। ਕੋਈ ਬੱਚਾ ਮਦਰੱਸੇ 'ਚ ਸ਼ਰਾਰਤ ਕਰਦਾ ਜਾਂ ਆਪਣਾ ਸਬਕ ਕੰਠ ਨਾ ਕਰਦਾ ਤਾਂ ਉਸਤਾਦ ਦਾ ਬੈਂਤ ਉਸਨੂੰ ਸੋਧਣ ਲਈ ਹਾਜ਼ਰ ਹੁੰਦਾ ਸੀ। ਮੌਲਾ ਬਖਸ਼ ਦੇ ਝੰਬੇ ਬੱਚੇ ਲਾਲ ਹੋਈਆਂ ਤਲੀਆਂ ਨੂੰ ਪਲੋਸਦੇ, ਘਰੋਂ ਘਰੀ ਜਾਂਦੇ ਅਤੇ ਅਗਲੇ ਦਿਨ ਆਪਣੀ ਗਲਤੀ ਸੁਧਾਰ ਲੈਂਦੇ। ਉਸਤਾਦ ਦਾ ਭੈ ਮਾਪਿਆਂ ਨੂੰ ਜਿਵੇਂ ਗਵਾਰਾ ਨਹੀਂ ਸੀ। ਬੱਚਿਆਂ ਦੀ ਥਾਂ ਜਿਵੇਂ ਮਾਪਿਆਂ ਨੂੰ ਬੈਂਤ ਦੀ ਪੀੜ ਹੁੰਦੀ ਹੋਵੇ। ਉਹ ਉਸਨੂੰ ਉਸਤਾਦ ਘੱਟ ਅਤੇ ਜੱਲਾਦ ਵਧੇਰੇ ਸਮਝਣ ਲੱਗ ਪਏ। ਉਹ ਹਰਗਿਜ਼ ਨਹੀਂ ਚਾਹੁੰਦੇ ਸਨ ਕਿ ਫੁੱਲਾਂ ਵਰਗੇ ਕੋਮਲ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਕੋਇਆ ਜਾਏ। ਹੋਇਆ ਕੀ ਕਿ ਮਿਲ ਮਿਲਾ ਕੇ ਸਾਰੇ ਮਾਪੇ ਮਦਰੱਸੇ ਆਣ ਧਮਕੇ। ਸਾਰਿਆਂ ਨੇ ਗੁੱਸੇਖੋਰ ਉਸਤਾਦ ਦੀ ਲਾਪਾ ਕੀਤੀ ਅਤੇ ਉਸਨੂੰ ਸ਼ਹਿਰੋਂ ਬਾਹਰ ਭਜਾ ਦਿੱਤਾ। ਮਦਰੱਸੇ ਲਈ ਨਵਾਂ ਉਸਤਾਦ ਲੱਭ ਲਿਆ ਗਿਆ। ਨਵੇਂ ਉਸਤਾਦ ਦਾ ਸੁਭਾਓ ਪਹਿਲਾਂ ਨਾਲੋਂ ਉਲਟ ਸੀ। ਨੇਕ ਬਖਤ, ਚੁੱਪ ਅਤੇ ਹੱਦ ਦਰਜੇ ਦਾ ਅਕਲਮੰਦ ਇਨਸਾਨ ਸੀ ਉਹ। ਸਾਰੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਭਲੇ ਮਾਣਸ ਉਸਤਾਦ ਦੀ ਹਾਜ਼ਰੀ 'ਚ ਕੀ ਹੋਇਆ ਕਿ ਬੱਚੇ ਵਿਗੜਨ ਲੱਗ ਪਏ, ਮਨ ਮਰਜ਼ੀ ਕਰਨ ਦੇ ਰਾਹ ਪੈਣ ਲੱਗ ਪਏ, ਪੜ੍ਹਨ ਲਿਖਣ ਦੀ ਥਾਂ ਇਲਤਾਂ ਕਰਨ 'ਚ ਮਸਰੂਫ ਹੋ ਗਏ। ਸਾਹਮਣੇ ਬੈਠੇ ਉਸਤਾਦ ਤੋਂ ਬੇਖਬਰ ਉਹ ਲਿਖਣ ਵਾਲੀਆਂ ਫੱਟੀਆਂ ਇੱਕ ਦੂਜੇ ਦੇ ਸਿਰ 'ਚ ਮਾਰ ਤੋੜ ਫੋੜ ਕਰਨ ਲੱਗ ਪਏ। ਗੱਲ ਕੀ, ਸਾਰੇ ਬੱਚੇ ਪਿਛਲਾ ਪੜ੍ਹਿਆ ਪੜ੍ਹਾਇਆ ਵੀ ਭੁੱਲ ਚੁੱਕੇ ਸਨ। ਸ਼ਾਂਤੀ ਸਿਰਫ ਮਦਰੱਸੇ ਦੀ ਭੰਗ ਨਹੀਂ ਸੀ ਹੋਈ, ਸਗੋਂ ਘਰੋਂ ਘਰੀ ਵੀ ਬੱਚਿਆਂ ਨੇ ਮਾਪਿਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਸੀ। ਮਾਪਿਆਂ ਲਈ ਖਰੂਦੀ ਨਿਆਣਿਆਂ ਨੂੰ ਨੱਥ ਪਾਉਣਾ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ। ਗੱਲ ਤੁਰਦੀ ਤੁਰਦੀ ਇੱਕ ਬਜ਼ੁਰਗ ਦੇ ਕੰਨੀ ਪਈ। ਹਮਸਾਇਆਂ ਦੇ ਫਿਕਰਾਂ ਨੂੰ ਆਪਣਾ ਜਾਣ, ਉਹ ਲੱਗਾ ਸੋਚ ਵਿਚਾਰ ਕਰਨ। ਉਸਨੇ ਪੁਰਾਣੇ ਅਤੇ ਨਵੇਂ ਉਸਤਾਦ ਦੇ ਵਰਤੋਂ ਵਿਹਾਰ ਨੂੰ ਮਨ ਹੀ ਮਨ ਘੋਖਿਆ ਅਤੇ ਪਰਖਿਆ। ਜ਼ਿੰਦਗੀ ਦੇ ਤਜ਼ਰਬੇ 'ਚੋਂ ਉਸ ਬਜ਼ੁਰਗ ਨੂੰ ਕੁਝ ਗੱਲਾਂ ਚੇਤੇ ਆ ਗਈਆਂ। ਉਸਨੇ ਹਮਸਾਇਆਂ ਨੂੰ ਬੁਲਾਇਆ ਅਤੇ ਲੱਗਾ ਪਤੇ ਦੀਆਂ ਗੱਲਾਂ ਸਮਝਾਉਣ। ਉਸਨੇ ਦੱਸਿਆ ਕਿ ਭਲੇ ਵੇਲੇ ਇੱਕ ਬਾਦਸ਼ਾਹ ਹੁੰਦਾ ਸੀ। ਉਸਦਾ ਲਾਡਲਾ ਰਾਜਕੁਮਾਰ ਜਦੋਂ ਵੱਡਾ ਹੋਇਆ ਤਾਂ ਉਸਨੇ ਪੜ੍ਹਨ ਲਿਖਣ ਲਈ ਚਾਂਦੀ ਦੀ ਫੱਟੀ ਬਣਵਾ ਕੇ ਦਿੱਤੀ ਸੀ। ਬਾਦਸ਼ਾਹ ਨੇ ਮਦਰੱਸੇ ਜਾਣ ਤੋਂ ਪਹਿਲਾਂ ਕੀ ਕੀਤਾ ਕਿ ਆਪਣੇ ਵਾਰਸ ਰਾਜਕੁਮਾਰ ਦੇ ਹੱਥੋਂ ਸੋਨੇ ਦੀ ਸਿਆਹੀ ਨਾਲ ਫੱਟੀ 'ਤੇ ਲਿਖਵਾਇਆ। ਉਸਤਾਦ ਦਾ ਜ਼ੁਲਮ ਬਾਪ ਦੀ ਮੁਹੱਬਤ ਨਾਲੋਂ ਲੱਖ ਦਰਜੇ ਚੰਗਾ। ਹੁਣ ਸੁਣੋ, ਬਜ਼ੁਰਗ ਨੇ ਸੁਣ ਬੈਠੇ ਹਮਸਾਇਆਂ ਨੂੰ ਇਹ ਵੀ ਦੱਸਿਆ ਕਿ ਜਦੋਂ ਉਸਤਾਦ ਆਪਣੇ ਸ਼ਾਗਿਰਦਾਂ 'ਤੇ ਸਖਤੀ ਕਰਨੀ ਛੱਡ ਦੇਵੇ ਤਾਂ ਉਹ ਮਦਾਰੀ ਬਣ ਜਾਂਦੇ ਨੇ। ਇਹ ਸੁਣ ਕੇ ਦੁਖੀ ਮਾਪਿਆਂ ਦੀਆਂ ਅੱਖਾਂ ਖੁੱਲ੍ਹ ਗਈਆਂ। ਬਜ਼ੁਰਗ ਸਿਆਣੇ ਦੀਆਂ ਬੇਸ਼ਕੀਮਤੀ ਨਸੀਹਤਾਂ ਸੁਣ ਉਹ ਪੁਰਾਣੇ ਉਸਤਾਦ ਨੂੰ ਲੱਭਣ ਤੁਰ ਪਏ। ਲੱਭਦਿਆਂ ਲਭਾਉਂਦਿਆਂ ਸ਼ਹਿਰੋਂ ਬਾਹਰ ਇੱਕ ਕੁਟੀਆ 'ਚ ਬੈਠਾ ਪੁਰਾਣਾ ਉਸਤਾਦ ਲੱਭ ਪਿਆ। ਰਲ ਮਿਲ ਕੇ ਸਭ ਨੇ ਮਿੰਨਤ ਤਰਲੇ ਕੀਤੇ, ਆਪਣੀ ਭੁੱਲ ਬੁਖਸ਼ਾਈ
ਤੇ ਉਸਤਾਦ ਨੂੰ ਮਨਾ ਕੇ ਵਾਪਸ ਮਦਰੱਸੇ ਲੈ ਆਏ। ਇਸ ਤੋਂ ਬਾਅਦ ਅਸੂਲਾਂ ਦੇ ਪੱਕੇ ਅਤੇ ਅਨੁਸ਼ਾਸਨ ਪਸੰਦ ਉਸਤਾਦ ਦੀ ਆਮਦ ਨਾਲ ਮਦਰੱਸੇ ਦੇ ਬਾਲ ਹੌਲੀ ਹੌਲੀ ਸੁਧਰ ਗਏ ਅਤੇ ਸ਼ਹਿਰ ਨਿਵਾਸੀ ਵੀ ਨਿਰਵਿਘਨ ਜ਼ਿੰਦਗੀ ਜਿਉਣ ਲੱਗ ਪਏ। ਧੰਨਵਾਦ।